ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀ ਉਦੋਂ ਵੀ ਸਿੱਖਿਆ ਮੰਤਰੀ ਸਾਹਿਬ ਜੀ ਨੇ ਅਸੀਂ ਧਰਨੇ ਤੋਂ ਉੱਠ ਜਾਓ ਅਸੀਂ ਤੁਹਾਡੀਆਂ ਜਿਹੜੀਆਂ ਤੁਹਾਡਾ ਬੰਦ ਦਾ ਗ੍ਰੇਡ ਵੀ ਉਹ ਸਾਨੂੰ ਅਸੀਂ ਦੇ ਦੇ ਅਸੀਂ ਉਹਨਾਂ ਦੇ ਕਹਿਣ 'ਤੇ ਚਲੋ ਉਦੋਂ ਧਰਨਾ ਚੱਕਤਾ ਸੀਗਾ ਵੀ ਚਲੋ ਠੀਕ ਹੈ ਫਿਰ ਹੁਣ ਅਸੀਂ ਕਿੰਨਾ ਸਮਾਂ ਫਿਰ ਲੰਘਾਤਾ ਹੈ ਨਾ ਅਤੇ ਹੁਣ ਦੇਖੋ ਸਾਨੂੰ ਵਾਰੀ ਵਾਰੀ ਇਹੀ ਕਹੀ ਜਾਂਦੇ ਆ ਵੀ ਸੀ ਐੱਮ ਸਾਹਿਬ ਦੇ ਟੇਬਲ 'ਤੇ ਫਾਈਲ ਪਈ ਹੈ ਡਿਪਾਰਟਮੈਂਟ ਇਹ ਕਹਿੰਦਾ ਵੀ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਹਾਈ ਕੋਰਟ ਨੇ ਵੀ ਕਹਿ ਲਓ ਵੀ ਸਾਡੇ ਹੱਕ 'ਚ ਫੈਸਲਾ ਦਿੱਤਾ ਵੀ ਹਾਂ ਵੀ ਜਦੋਂ ਬਾਕੀ ਸਕੂਲਸ ਗ੍ਰੇਡ ਪੇ ਲੈ ਰਹੇ ਤਾਂ ਇਹਨਾਂ ਨੂੰ ਕਿਉਂ ਨਹੀਂ ਕਿਉਂਕਿ ਅਸੀਂ ਟੀਓਸ ਅੰਡਰ ਕੰਮ ਕਰਦੇ ਹਾਂ ਹੈ ਨਾ ਅਤੇ ਉਹ ਸਾਨੂੰ ਇਹ ਕਹਿ ਰਹੇ ਆ ਕਿ ਦੇਖੋ ਜੀ ਡਿਪਾਰਟਮੈਂਟ ਤਾਂ ਸਾਰਾ ਕੁਝ ਆਪਣਾ ਤਿਆਰ ਕਰੀ ਬੈਠਾ ਫਾਈਲਸ ਵਗੈਰਾ ਪਰ ਜਿੰਨਾ ਚਿਕਰ ਸੀ ਐੱਮ ਸਾਹਿਬ ਉਹਨਾਂ 'ਤੇ ਸਾਈਨ ਨਹੀਂ ਕਰਨਗੇ ਉੰਨੀ ਦੇਰ ਅਸੀਂ ਤੁਹਾਡਾ ਕੁਝ ਵੀ ਹੱਲ ਨਹੀਂ ਕਰ ਸਕਦੇ ਉਹ ਕਹਿੰਦੇ ਤੁਸੀਂ ਸਾਡੇ ਇੰਪਲੋਈ ਨਹੀਂ ਹੈਗੇ ਦੇਖੋ ਜੀ ਇੰਪਲੋਈ ਤਾਂ ਦੇਖੋ ਉਹਨਾਂ ਨੂੰ ਮੰਨਣਾ ਹੀ ਪੈਣਾ ਦੇਖੋ ਅਸੀਂ ਕਹਿ ਲਓ ਵੀ 1000 ਤੋਂ ਲੈ ਕੇ ਹੈ ਨਾ 2000 ਤੱਕ ਬੱਚਿਆਂ ਨੂੰ ਫ੍ਰੀ ਆਫ ਕੋਸਟ ਸੀ ਬੀ ਐੱਸ ਈ ਜਿਹੜੀ ਦੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਹੈ ਨਾ ਤਾਂ ਫਿਰ ਮਤਲਬ ਕਿ ਸਾਡਾ ਰਾਈਟ ਬੰਦਾ ਮਿਡ ਡੇ ਮੀਲ ਦੇ ਰਹੇ ਨੇ ਬੁੱਕਸ ਫ੍ਰੀ ਦੇ ਰਹੇ ਨੇ ਹੈ ਨਾ ਤਾਂ ਫਿਰ ਉਹ ਇਹ ਚੀਜ਼ ਤਾਂ ਡਿਨਾਈ ਨਹੀਂ ਨਾ ਕਰ ਸਕਦੇ ਕਿ ਹਾਂ ਵੀ ਗਵਰਨਮੈਂਟ ਨਹੀਂ ਹੈਗਾ ਤਾਂ ਪ੍ਰਾਈਵੇਟਸ ਤਾਂ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ ਹੈ 70% ਗਵਰਨਮੈਂਟ ਹੈ 30% ਪ੍ਰਾਈਵੇਟ ਹੈ ਬਟ ਅਸੀਂ ਤਾਂ ਫੁੱਲੀ ਕਹਿ ਲਓ ਵੀ ਸਾਨੂੰ ਤਾਂ ਸਰ ਕਹਿ ਲਓ 2012 ਤੋਂ ਸਰਕਾਰ ਦੇ ਅੰਡਰ ਹੀ ਕੰਮ ਕਰ ਰਹੇ ਹਾਂ ਆਈ ਕੋਈ ਨਹੀਂ ਮੈਨੇਜਮੈਂਟ ਹਰਦਾਸਾ ਸਕੂਲ ਦੇ ਵਿੱਚ ਤਾਂ ਪਰ ਕਹਿ ਲਓ ਵੀ ਅਸੀਂ ਆਪਣੇ ਰਾਈਟਸ ਲਈ ਬੈਠੇ ਹਾਂ ਵੀ ਸਾਡਾ ਗ੍ਰੇਡ ਪੇ ਜਿਹੜਾ ਸਾਨੂੰ ਦਿੱਤਾ ਜਾਵੇ ਸੀ ਐੱਮ ਸਾਹਿਬ ਸਾਡੇ ਸਾਈਨ ਕਰ ਦੇਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੈਲਰੀ ਦੇ ਨੇ 7500 ਤੋਂ 8000 ਹੀ ਤੁਸੀਂ ਸਾਲ 2011 ਤੋਂ ਸਰਵਾਈਵ ਕਰਨਾ ਸਰ ਬਹੁਤ ਔਖਾ ਹੈ ਤੁਸੀਂ ਦੱਸੋ ਵੀ ਕਿੱਥੇ 65-65-70-70 ਹਜ਼ਾਰ ਅਤੇ ਕਿੱਥੇ 75-85-100-80 ਹਜ਼ਾਰ ਜੇ ਆਪਾਂ ਕੰਪੈਰੀਜ਼ਨ ਕਰੀਏ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਅਤੇ ਇੱਕ ਸਾਡੀ ਅਦਰਸ਼ ਸਕੂਲ ਦੇ ਵਿੱਚ ਦੇਖੋ ਉਹ 70,000 ਪਲੱਸ ਜਿਹੜੀਆਂ ਸੈਲਰੀਜ਼ ਲੈ ਰਹੇ ਆ ਹੈ ਨਾ ਅਤੇ ਬੱਚੇ ਕਿੰਨੇ ਨੇ 20 ਨੇ 30 ਨੇ 50 ਨੇ ਤਾਂ ਦੇਖੋ ਅਸੀਂ ਜਿਹੜੇ ਨੇ ਸਾਡੇ ਹਰਦਾਸ ਸਕੂਲ ਦੇ ਵਿੱਚ 30 ਜਿਹੜੇ ਟੀਚਰਸ ਨੇ ਅਤੇ ਅਸੀਂ 1000 ਜਿਹੜੇ ਨੇ ਸਟੂਡੈਂਟਸ ਨੂੰ ਐਜੂਕੇਸ਼ਨ ਦੇ ਰਹੇ ਹਾਂ ਕਹਿ ਲਓ ਵੀ ਇੰਨਾ ਹਾਰਡ ਵਰਕ ਵੀ ਕਰ ਰਹੇ ਹਾਂ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਕਹਿ ਲਓ ਬੜੀ ਪਰੇਸ਼ਾਨ ਹੈ ਅੱਜ ਪੜ੍ਹਿਆ ਲਿਖਿਆ ਕਿੱਤਾ ਗੋਬਿੰਦ ਸਾਹਿਬ ਕਿੱਦਾਂ ਅੱਜ ਧਰਨੇ 'ਤੇ ਮਜਬੂਰ ਹੋਇਆ ਪਿਆ ਬਹਿਣ ਨੂੰ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੂੰ ਅੱਜ ਇਹਨਾਂ ਨੇ ਸਰਕਾਰ ਨੇ ਡਾਂਗ ਵੀ ਚਲਾਈ ਹੈ ਇਹਨਾਂ ਦੇ ਉੱਤੇ ਹਾਂਜੀ ਇਹ ਦਿਖਾਓ ਜੀ ਇਹ ਇਹ ਪੰਜਾਬ ਸਰਕਾਰ ਵੱਲੋਂ ਕਰੋਐਲਿਟੀ ਜਿਹੜੀ ਹੈ ਇਹ ਗੋਬਿੰਦ ਸਾਹਿਬ ਦੱਸਣਗੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਮੀਥੇੜ ਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਆਦਰਸ਼ ਸਕੂਲ ਦੇ ਸਾਰੇ ਟੀਚਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਪਰ ਅੱਜ ਮੈਨੂੰ ਬੇਸ਼ਰਮੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ 'ਤੇ ਇੱਥੇ ਮੀਥੇੜ ਦੇ ਆਦੇਸ਼ 'ਤੇ ਆ ਪੁਲਿਸ ਮੁਲਾਜ਼ਮਾਂ ਨੇ ਟੀਚਰਾਂ ਨੂੰ ਲਾਠੀਆਂ ਨਾਲ ਕੁੱਟਿਆ ਤੁਸੀਂ ਉਹ ਬੀਬੀ ਜੀ ਦੇਖੇ ਸੀਗੇ ਉਹਨਾਂ ਦੇ ਪਿੱਠ 'ਤੇ ਪੂਰਾ ਨਿਸ਼ਾਨ ਲੱਗਿਆ ਹੋਇਆ ਅਤੇ ਉਹਨਾਂ ਦੇ ਪਿੱਠ 'ਤੇ ਇਹਨਾਂ ਨੇ ਸੋਟੀ ਮਾਰੀ ਹੈ ਐਂਡ ਸਾਰਾ ਪਿੱਠ ਉਹਨਾਂ ਦਾ ਛਿੱਲਿਆ ਗਿਆ ਕੁਛ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਗੁਰੂਆਂ ਨੇ ਬੀਬੀਆਂ ਦੀ ਇੱਜ਼ਤ ਕਰਨੀ ਸਾਨੂੰ ਸਿਖਾਈ ਹੈ ਇਹ ਚਾਹੁੰਦੇ ਕੀ ਨੇ ਇਹ ਚਾਹੁੰਦੇ ਸੀਗੇ ਕਿ ਇਹ ਆਪ ਦੇ ਮੰਤਰੀ ਦੇ ਘਰ ਦੇ ਅੱਗੇ ਆ ਕੇ ਧਰਨਾ ਲਾ ਦੇਣ ਅਤੇ ਆਪ ਦੇ ਮੰਤਰੀ ਤੋਂ ਸਵਾਲ ਪੁੱਛ ਲੈਣ ਆਪਾਂ ਇਹਨਾਂ ਬੇਵਕੂਫ ਇਨਸਾਨਾਂ ਤੋਂ ਸਵਾਲ ਨਹੀਂ ਪੁੱਛ ਸਕਦੇ ਹੁਣ ਜਿਹੜੇ ਲੋਕਾਂ ਨੇ ਪੰਜਾਬ ਨੂੰ ਠੱਗਿਆ ਜਿਹੜੇ ਲੋਕਾਂ ਨੇ ਪੰਜਾਬ ਨਾਲ ਧੋਖਾ ਕੀਤਾ ਮੁਲਾਜ਼ਮਾਂ ਨੂੰ ਕੀ ਆਖਿਆ ਸੀ ਇਹਨਾਂ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਦੀ 2004 ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਾਂਗੇ ਆਪਾਂ ਪੇ ਕਮਿਸ਼ਨ ਦੇ ਅਰੇਅਰਜ਼ ਲਾਗੂ ਕਰਾਂਗੇ ਡੀਏਜ਼ ਲਾਗੂ ਕਰਾਂਗੇ ਇਹਨਾਂ ਨੇ ਕੱਖ ਨਹੀਂ ਕਰਕੇ ਦਿੱਤਾ ਅੱਜ ਸਾਰਾ ਪੰਜਾਬ ਦਾ ਮੁਲਾਜ਼ਮ ਵਰਗ ਸੜਕਾਂ 'ਤੇ ਹੈਗਾ ਜਿਹੜੀ ਸਰਕਾਰ ਆਪ ਦੇ ਕਰਮਚਾਰੀਆਂ ਦੀ ਰਾਖੀ ਨਹੀਂ ਕਰ ਸਕਦੀ ਉਹ ਇਸ ਸੂਬੇ ਦੀ ਲੋਕਾਂ ਦੀ ਆਮ ਲੋਕਾਂ ਦੀ ਕਿੱਥੋਂ ਰਾਖੀ ਕਰ ਲੂਗੀ ਜਿਹੜੇ ਲੋਕਾਂ ਨੇ ਜਿਹੜੇ ਮੁਲਾਜ਼ਮਾਂ ਨੇ ਕਰਮਚਾਰੀਆਂ ਨੇ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਤੱਕ ਉਹ ਸਹੂਲਤਾਂ ਪਹੁੰਚਾਉਣੀਆਂ ਉਹਨਾਂ ਦਾ ਜੇ ਇਹ ਹਾਲ ਕੀਤਾ ਹੋਇਆ ਤਾਂ ਫਿਰ ਆਮ ਲੋਕਾਂ ਦਾ ਇੱਥੇ ਕੀ ਰਹਿ ਗਿਆ ਇਹ ਜਿਹੜੇ ਆਦਰਸ਼ ਸਕੂਲ ਦੇ ਮੁਲਾਜ਼ਮ ਹੈਗੇ ਆ ਸਿਹਤ ਦੀ ਅਤੇ ਸਿੱਖਿਆ ਦੀ ਇਹ ਬਹੁਤ ਗੱਲਾਂ ਕਰਦੇ ਸੀ ਡਰਾਮਾ ਕਰਦੇ ਸੀਗੇ ਮੈਨੂੰ ਲੱਗਦਾ ਉਹਨੂੰ ਕਿਸੇ ਰੰਗ ਦਾ ਪੈੱਨ ਚਲਾਉਣਾ ਨਹੀਂ ਆਉਂਦਾ ਅਤੇ ਉਹ ਮੂਰਖ ਇਨਸਾਨ ਹੈ ਸ਼ਰਾਬ ਦੇ ਨਸ਼ੇ 'ਚ ਡੱਕਿਆ ਰਹਿੰਦਾ ਹੈ ਅਤੇ ਮੈਂ ਸਮਝਦਾ ਕਿ ਇਹ ਤੋਂ ਵੱਡੀ ਬੇਸ਼ਰਮੀ ਦੀ ਗੱਲ ਕੋਈ ਨਹੀਂ ਹੋ ਸਕਦੀ ਜਿਹੜੇ ਬੰਦੇ ਆਪ ਇਹ ਇੱਕ ਟੀਚਰ ਦੇ
बेटे है भगवंत मान जी, ये सारे आदर्श स्कूल के टीचर बैठे ने इतने। इन्हों 2011 तो इन्होंने सिर्फ 7,000 रुपये तनखा दी है, पक्का भी नहीं किया हजे तक, इन्ह के रोल भी नहीं बनाए गए। ये कितने जाएंगे? जे आपके मंत्री नू, जे आपके मुख्यमंत्री नू सवाल नहीं पूछ सकते तो फिर इत्थे तानाशाही का तो हुण जबरदा राज चलूगा? असी बिल्कुल ये चीज़ बर्दाश्त नहीं करांगे। अज साडियां बेबियां दे पिट्ठ ते इन्हां ने लाठियां मारिया, जे ये चीज़ां तो बाज ना आउण ते फिर साडी पार्टी सड़कां ते उतरूगी, फिर थोड़े तो सांभिया नहीं जाणा माहौल। असी थोनू चेत कर रही है कि इन्हां लोकां नू सांभो, इन्हां लोकां दीआं मंगां पूरी करो जिहड़े वायदे तुसीं कीते आ। यही साडी गलबात हैगी है। अज असी इन्हां नाल हमदर्दी प्रगट करन नू आए सीगे कि जिथे कहणगे असी नाल खड़ा। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।